ਤੇ ਬਸ ਬੱਚੇ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਕਰਾਂਗਾ, ਉਸ ਤੋਂ ਬਾਅਦ ਮੈਂ ਜਿਹੜੀ ਤਰਤੀਬ ਮੇਰੇ ਕੰਨ 'ਚ ਆਏਗੀ ਆਵਾਜ਼ ਮੈਂ ਪੇਸ਼ ਕਰ ਦਿਆਂਗਾ। ਬਹੁਤ ਸ਼ੁਕਰੀਆ। ਇੱਕ ਐਸਾ ਸ਼ਾਦਰੇ ਦਾ ਜ਼ੌਕ ਮੈਂ ਵੇਖਿਆ ਕਿ ਮੈਂ ਅਕਤੂਬਰ ਦੇ ਮਹੀਨੇ 'ਚ ਬ੍ਰੈਡਫੋਰਡ ਇੱਕ ਮਹਿਫਲ 'ਤੇ ਗਿਆ ਅਤੇ ਪਤਾ ਨਹੀਂ ਮੈਨੂੰ ਕਿਸ ਬੰਦੇ ਨੇ ਉੱਥੇ ਨਾ ਜੁਨੇਦ ਬਾਈ ਦਾ ਪਿਛਲੇ ਪ੍ਰੋਗਰਾਮ ਦੀ ਮੈਨੂੰ ਇੱਕ ਨਕਾਬਤ ਦਿਖਾਈ, ਉਹਨੇ ਕਿਹਾ ਇੰਝ ਪੜ੍ਹ ਜਿਵੇਂ ਲਾਹੌਰ ਪੜ੍ਹਨਾ ਸ਼ਾਦਰੇ। ਮੈਂ ਕਿਹਾ ਬੰਦੇ ਵੀ ਉਂਝ ਦੇ ਦਿਓ। ਮੈਂ ਸੋਚ ਰਿਹਾ ਸ਼ਾਹਕੋਟ ਦੇ ਇੱਥੇ ਤਾਂ ਬੰਦੇ ਵਾਹ ਕੈਂਡ ਤੋਂ ਆਏ ਬੈਠੇ ਨੇ, ਇਹਦਾ ਮਤਲਬ ਇਹ ਕਿ ਮਹਿਫਲ ਮਾਰੂਫ ਹੈ। ਸਾਡੇ ਬਜ਼ੁਰਗਵਾਰ ਜਨਾਬੇ ਮੁਹਤਰਮ ਹਾਜੀ ਅਸਗਰ ਅਲੀ ਚੁੜਾਈ ਸਾਹਿਬ, ਮੈਂ ਇਹਨਾਂ ਨੂੰ ਔਰ ਇਹਨਾਂ ਦੇ ਸਾਹਿਬਜ਼ਾਦਗਾਰ ਨੂੰ ਕਰੋੜਾਂ ਵਾਰ ਮੁਬਾਰਕਬਾਦ ਪੇਸ਼ ਕਰਾਂਗਾ। ਨਕਾਬਤ ਕੁਫਾਨ ਦਾ ਨਾਮ ਨਹੀਂ, ਪ੍ਰੋਗਰਾਮ ਨੂੰ ਮੈਨੇਜਮੈਂਟ ਕਰਨ ਦਾ ਨਾਮ ਹੈ। ਅਲਹਮਦੁਲਿਲਾ ਸੁਨਮਾ ਅਲਹਮਦੁਲਿਲਾ। ਮੈਂ ਜਿਸ ਵਕਤ ਬੰਦਾ ਕਿਸੇ ਸੈਯਦ ਦੀ ਬਾਰਗਾਹ 'ਚ ਪੇਸ਼ ਹੁੰਦਾ ਹੈ, ਅੱਲਾ ਦੇ ਵਲੀ ਦੀ ਬਾਰਗਾਹ 'ਚ ਪੇਸ਼ ਹੁੰਦਾ ਹੈ, ਇਹ ਜਿੰਨੇ ਲਕਬ ਹੁੰਦੇ ਨੇ ਨਾ, ਸ਼ਹਿਨ ਸ਼ਾਹ ਅਤੇ ਫੁਲਾਂ ਅਤੇ ਫੁਲਾਂ ਫੁਲਾਂ ਅਤੇ ਫੁਲਾਂ, ਉਹ ਮੈਂ ਪਿਛਲੇ ਪੁਲ 'ਤੇ ਰੱਖਣਾ ਹਾਂ ਕੋਟ ਅਬਦੁਲ ਮਾਲਕ ਤੋਂ ਸਾਈਡ 'ਤੇ। ਮੈਂ ਕਿਹਾ ਕਿ ਪੀਰ ਸੀ ਅਬਦਾਰ ਸ਼ਾਹ ਜੀ ਦੀ ਆਰਤ ਕਰਨੀ ਹੈ, ਪਰ ਕਮਾਲ ਮੈਨੂੰ ਇਹਨਾਂ ਨਾਲ ਪਿਆਰ ਹੈ, ਹਕੀਕਤ ਬਾਤ ਹੈ ਜਮਾਤੀ ਸਾਹਿਬ, ਹਕੀਕਤ ਬਾਤ, ਕਿਉਂਕਿ ਮੈਂ ਬੜੇ ਬੜੇ ਲੋਕਾਂ ਨੂੰ ਮੇਰੀ ਮੁਲਾਕਾਤ, ਲੇਕਿਨ ਮੈਂ ਇੰਜ ਦੇ ਸਖੀ ਸੈਯਦ ਲਜਪਾਲੀ ਸੈਯਦ ਮੇਰੀ ਕਰਦੇ ਨੇ, ਮੈਂ ਆਪਦਾ ਸ਼ੁਕਰੀਆ ਅਦਾ ਕਰਾਂਗਾ। ਲਓ ਜੀ, ਮੈਂ ਇੱਕ ਹੀ ਜੁਮਲਾ ਤੁਹਾਡੇ ਹਵਾਲੇ ਕਰਾਂਗਾ, ਪਰ ਉਸ ਤੋਂ ਬਾਅਦ ਜਿਹੜੀ ਤਰਤੀਬ ਹੈ ਉਹ ਮੇਰੇ ਹਵਾਲੇ ਕਰ ਦਿੱਤੀ ਜਾਵੇ, ਤੁਸੀਂ ਅਮਨ ਨਾਲ ਪੈਣਾ। ਬਹੁਤ ਸ਼ੁਕਰੀਆ। ਪਾਣੀ ਨਾ ਮਿਲੇ ਫਸਲੇ ਉਜੜ ਜਾਤੀ ਹੈ, ਲਾਹੌਰ ਹੈ ਔਰ ਸ਼ਾਦਰਾ ਹੈ, ਬੱਚਾ ਦੇ ਖੇਲ ਨਹੀਂ ਹੈ, ਇਹ ਜੁਮਲਾ ਸੁਣਨਾ ਮੇਰਾ ਔਰ ਤਿਲ ਲਾ ਕੇ ਕਹਿਣਾ। ਪਾਣੀ ਨਾ ਮਿਲੇ ਨਦੀਮ ਭਾਈ, ਪਾਣੀ ਨਾ, ਆਪ ਤੋਂ ਹਰ ਵਕਤ ਕਦਮੋਂ ਮੈਂ ਬੈਠਦੇ ਵਾਲੇ, ਇਹ ਨਿਸਬਤ ਹੈ ਆਪਕੀ, ਇਸ ਲਈ ਤਾਂ ਤਰਬੀਅਤ ਹੋ ਚੁੱਕੀ ਆਪਕੀ। ਪਾਣੀ ਨਾ ਮਿਲੇ ਫਸਲੇ ਉਜੜ ਜਾਤੀ ਹੈ, ਸਹਾਬਾ ਕੀ ਮੁਹੱਬਤ ਨਾ ਮਿਲੇ ਅਕਲੇ ਉਜੜ ਜਾਤੀ ਹੈ। ਮੈਂ ਕੋਈ ਦਸਤਕ ਨਹੀਂ ਦੇਣੀ, ਮਜ਼ਾਜ ਅਗਰ ਤਬੀਅਤ ਸਾਥ ਦੇਵੇ ਤਾਂ ਮਿਹਰਬਾਨੀ ਫਰਮਾਇਆ ਜੀ। ਦੁਬਾਰਾ ਦੁਹਰਾ ਰਿਹਾ, ਰਟਾਲਾਈਜੇਸ਼ਨ ਦਾ ਚੇਅਰਮੈਨ ਆ, ਦੁਬਾਰਾ ਚੇਅਰਮੈਨ ਰਟਾ ਰਿਹਾ। ਪਾਣੀ ਨਾ ਮਿਲੇ ਫਸਲੇ ਉਜੜ ਜਾਤੀ ਹੈ, ਸਹਾਬਾ ਕੀ ਮੁਹੱਬਤ ਨਾ ਮਿਲੇ ਅਕਲੇ ਉਜੜ ਜਾਤੀ ਹੈ, ਆਲੇ ਰਸੂਲ ਕੀ ਮੁਹੱਬਤ ਨਾ ਮਿਲੇ ਨਸਲੇ ਉਜੜ ਜਾਤੀ ਹੈ। ਹੁਣ ਅਗਲੀ ਗੱਲ ਤੇ ਉਹ ਬੰਦਾ ਬੋਲੇਗਾ, ਖੁਦਾ ਦੀ ਇੱਜ਼ਤ ਦੀ ਕਸਮ ਹੈ, ਇਹ ਜਿਹੜਾ ਹੈ ਜੀ, ਅਗਲੀ ਗੱਲ ਤੇ ਉਹ ਬੰਦਾ ਬੋਲੇਗਾ ਜਿਹੜਾ ਇੱਥੋਂ ਹਾਜ਼ਰ ਹੋਇਆ, ਇੱਥੋਂ ਹਾਜ਼ਰ ਹੋਇਆ। ਮੈਂ ਚਿਸ਼ਤੀ ਜ਼ੌਕ ਦਾ ਬੰਦਾ, ਮੈਂ ਦਫਨਾ ਵੀ ਪੜ੍ਹ ਦੇਣਾ, ਮੈਂ ਤਬਲੇ 'ਤੇ ਵੀ ਪੜ੍ਹ ਦੇਣਾ, ਮੈਂ ਕਈ ਠੇਕੇ ਜਾਣਨਾ, ਕਈ ਅੰਤਰੀਆਂ ਮੰਤਰੀਆਂ ਸੰਤਰੀਆਂ ਸਾਰੀਆਂ ਜਾਣਨਾ। 32 ਸਾਲ ਹੋ ਗਏ ਨੇ, ਮੇਰਾ ਤਜਰਬਾ ਹੋ ਗਿਆ, 48 ਸਾਲ ਮੇਰੀ ਉਮਰ ਹੋ ਗਈ, ਉਹ ਅਲੱਗ ਵਾਸਤੇ ਕੁਝ ਬੂੜਾ ਨਹੀਂ ਹੁੰਦੇ ਦਿੱਤੇ ਆਕੜਾ ਟੁਕੜੇ ਤੇਰੇ ਸੈਯਦ ਦੇ ਕਦਮਾਂ ਲੱਗ ਕੇ। ਆਖਰੀ ਗੱਲ ਕਰਨੀ ਚਾਹੁੰਦਾ, ਪਲੀਜ਼ ਮਿਹਰਬਾਨੀ ਕਰਨੀ ਹੈ, ਲਿਸਨ ਟੂ ਵੈਰੀ ਡੀਪਲੀ। ਮੈਂ ਐਦਰਾ ਰਾਤ ਨੂੰ ਹੱਥ ਉੱਤੇ ਜੁਮਲਾ ਜ਼ਰੂਰ ਬੋਲਣਾ, ਤਵੱਜੋ ਮੁਹੱਬਤ ਨਾਲ। ਪਾਣੀ ਨਾ ਮਿਲੇ ਫਸਲੇ ਉਜੜ ਜਾਤੀ ਹੈ, ਸਹਾਬਾ ਕੀ ਮੁਹੱਬਤ ਨਾ ਮਿਲੇ ਅਕਲੇ ਉਜੜ ਜਾਤੀ ਹੈ, ਆਲੇ ਰਸੂਲ ਕੀ ਮੁਹੱਬਤ ਨਾ ਮਿਲੇ ਨਸਲੇ ਉਜੜ ਜਾਤੀ ਹੈ, ਤਾਜਦਾਰ ਖਤਮੇ ਨਬੂਵਤ ਕੀ ਮੁਹੱਬਤ ਨਾ ਮਿਲੇ ਅਸਲੇ ਉਜੜ ਜਾਤੀ ਹੈ। ਅਗਰ ਯਾਦ ਰੱਖਿਆ ਜੀ, ਬਹੁਤ ਬਰੀਕ ਤੌਰ 'ਤੇ ਹਮ ਗੁਜ਼ਰ ਰਹੇ, ਇਸ ਵਕਤ ਹਮਾਰੇ ਈਮਾਨ ਕੋ ਖਰੀਦਾ ਜਾ ਰਿਹਾ, ਹਮਾਰੇ ਅਕੈਦ ਕੋ ਖਰੀਦਾ ਜਾ ਰਿਹਾ। ਜੇ ਮਹਾਫਲੇ ਨਾਲ ਕੋਈ ਐਸੀ ਐਵੀਂ ਮਾਮਲਾ ਨਹੀਂ ਹੈ, ਬੜੇ ਬੜੇ ਸਿਆਸੀ ਡੇਰਿਆਂ 'ਤੇ ਲੋਕਾਂ ਨੇ ਬਹੁਤ ਕੁਛ ਵੰਡ ਕੇ ਵੀ ਇਤਨੇ ਜਲਸੇ ਦੀ ਕਾਮਯਾਬ ਕਰ ਸਕੇ। ਮੈਂ ਜੁਨੇਦ ਬਾਈ ਨੂੰ, ਇਹਨਾਂ ਦੇ ਬਰਾਦਰਾਂ ਨੂੰ, ਔਰ ਬਿਲਖਸੂਸ ਇਹਨਾਂ ਦੇ ਵਾਲਦੀ ਗ੍ਰਾਮੀ ਨੂੰ ਔਰ ਮਾਈ ਸਾਹਿਬਾਂ ਨੂੰ ਸਲਾਮ ਅਕੀਦਤ ਪੇਸ਼ ਕਰਨਾ, ਔਰ ਸਹਿਰਾ ਫੈਜ ਪੀਰ ਸੀ ਅਦਮ ਸਾਹਿਬ ਸ਼ਾਹ ਜੀ ਦੀ ਕਿਬਲਾ ਦਾ ਹੈ। ਅੱਲਾ ਸ਼ਾਲਾ ਨਜ਼ਰ ਨਾ ਲੱਗੇ ਕਿਸੇ ਗੈਰ ਦੀ, ਸ਼ਾਹ ਜੀ ਜੁਗ ਜੁਗ ਜੀਓ, ਮੇਰੀ ਆਵਾਜ਼ ਮੇਰੀ ਦੁਆ ਆਈਏ ਜੀ, ਕਿਹਨੂੰ ਦੇਈਏ ਦਾਵਤ, ਇਕੱਠੇ ਨਾ ਪੜ੍ਹਦੀਏ ਸਾਰੇ। ਅੱਛਾ ਅੱਛਾ ਅੱਛਾ, ਇਹ ਮਸਤ ਹੈ, ਮਸਤ ਲਸਤੇ ਮੇਰਾ ਯਾਰ ਹੈ ਮਲਕ, ਆਈਏ ਜੀ। ਮੈਂ ਅਜ਼ੀਜ਼ ਦਾ ਅਜ਼ੀਜ਼ ਨਾ ਮੁਰਸ਼ਦ ਫਰਮਾ ਰਹੇ ਨੇ ਕਿ ਦੋ ਗੱਲਾਂ ਛੋਟੀਆਂ ਨਹੀਂ, ਹੋਰ ਕਰ ਲਓ, ਇੱਥੋਂ ਬੋਲ, ਇੱਥੋਂ ਬੋਲਾਂ। ਅਸਲ ਜਿਹਨੇ ਜਿਹਨੂੰ ਬੁਲਾਇਆ ਹੁੰਦਾ ਉਹਨੂੰ ਵਕਤ ਪਿਆ ਹੁੰਦਾ, ਤਾਂ ਗੱਲ ਵਿਚਾਰੇ ਦੀ ਠੀਕ ਹੈ, ਕੋਈ ਫਿਰ ਬੰਦਾ ਫਸ ਜਾਂਦਾ ਨਾ ਜੀ, ਡੇਟਾਂ ਲੈਣੀਆਂ ਔਖੀਆਂ ਹੋ ਜਾਂਦੀਆਂ ਨੇ। ਲੇਕਿਨ ਸੈਯਦ ਬਾਦਸ਼ਾਹ ਦਾ ਹੁਕਮ ਹੈ, ਇੱਕ ਗੱਲ ਹੋਰ ਛੋਟੀ ਜਿਹੀ ਕਰ ਲੈਂਦਾ ਤੁਹਾਡੇ, ਬੋਲੋਗੇ? ਮੁਰਸ਼ਦ ਇੰਨਾ ਕੁਛ ਵੇਖ ਕੇ ਇਹ ਮੈਨੂੰ ਇੱਕ ਗੱਲ ਯਾਦ ਹੈ, ਦਿਲ ਮੇ ਹੋ ਬੁਕਸ ਦੇ ਅਦੀ ਔਰ ਜੰਨਤ ਕਾ ਜਨੂਨ। ਉਹ ਸ਼ਾਦਰੇ ਵਾਲਿਓ, ਇੱਥੇ ਹੱਥ ਰੱਖਣਾ, ਇੱਥੇ ਇੱਥੇ ਹੱਥ ਰੱਖਣਾ, ਮੈਂ ਤੇਰਾ ਇਮਤਿਹਾਨ ਲਵਾਂਗਾ, ਹੁਣ ਕਹਿਣਾ ਕੀ ਚਾਹੁੰਦਾ ਹੈ।
दिल में हो भूख से अली और जन्नत का जनून, इन्ना लिल्लाहि व इन्ना इलैहि राजिऊन। दिल में हो भूख से अली और जन्नत का जनून, इन्ना लिल्लाहि व इन्ना इलैहि राजिऊन। शाह जी किबला आपका हुक्म, आखिरी जुमला शबाद भाई के मायक हवाले। मेरा मलक सलीम है, मेरे सारिया सहेलियां ने, वरना मेरी आदत नहीं है, मैं दिल तोड़ने नहीं आता, मैं दिल जोड़ने आता हूँ। किसी ने क्या खूब कहा था, सांपों को कर दिया बंद सपेरों ने पटारी में, ये कहकर इंसान ही काफी है इंसानों को डसने के लिए। लेकिन आखिरी जुमला दे रो मेरा बेटा, तवज्जो मेरे वाल तवज्जो रखना प्लीज प्लीज। आखिरी जुमला, डॉक्टर कहता है पानी ना मिले, है भाई तवज्जो, तवज्जो है, तवज्जो है, बोलोगे मेरे नाल बेटा? थोड़ी नजर है जुमला, थोड़ी नजर, थोड़ी नजर, पर तुम मैंने देखना। डॉक्टर कहता है गुर्दा कमजोर हो पानी हजम नहीं होता, गुर्दा कमजोर हो शाह जी, गुर्दा कमजोर हो पानी हजम नहीं होता, मेदा कमजोर हो शक्कर हजम नहीं होती, दिल कमजोर हो नमक हजम नहीं होता, शजरा कमजोर हो जिक्र अली हजम नहीं होता। अल्लाह आपको सलामत रखे, आप आबाद रहें, शाबाश 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 शाबाश। अच्छा अभी मेरी गल सुनो जी, मैं देखो मेरी गल सुनो, गौसिया सुन, बहुत शुक्रिया। मैं गोडे ते हाथ रखे है, मैं कदमा ते हाथ रखे है, बंदे मैनू कई कहते हैं भी तू ये की काम करना है, ये तू की काम करना है, मैं क्या मैं तेरे प्यो का नौकर नहीं, मैं आले रसूल का खादम हाँ। मैनू पीर इस्माइल शाह साहब के वाकया एक गल याद आ गया, करमा वाला शरीफ वाले किताब च लिखते हैं कि मियाँ बीवी की बहस छिड़ गई, खामद चला गया सफर से, वापस आया तो पुत्र वेड़े च पै खेडे, बीवी को कह लगा मैं तो इतने आ रही जितों जम पई है तो पुत्र, उन्हें बड़िया कसम दित्तियां, तेरा है तेरा है तेरा है तेरा है तेरा है, उन्हें कहा ना तलाक दे देंगा, उन्हें कहा तलाक ना दे, फैसला हसनैन के नाने को ना करवा लीए, सिर्फ तानू सलाम तुहाडे पुत्रां नू सलाम, अखां बंद भी कर जावा मैनू हुणिया पता लग जाएगा सैयदां दा अदब कितना कर दियो, मैं छड़ देंगा, मैं तवज्जो रखना जरा, उन्हें कहा तलाक ना दे, फैसला हसनैन के नाने को चली, उन्हें कहा चल बीबी जाके रो पई, सोनिया पुत्र दईए, वह कहना सोनिया पुत्र मेरा नहीं, सोनिया पुत्र दईए, उन्हें कहा पुत्र मेरा नहीं, बच्चा जमीन पर बैठा है, मेरे आका कभी माई वाल वेखते कभी वो खामद वाल वेखते, बच्चा जमीन पर बैठा है, अचानक हसनैन अंदर आ गए, बच्चा जमीन तो उठाया, जमीन तो उठा, पुत्र सुन के जमीन तो उठा, छाल मारी हसनैन वाल दौड़िया, कदम चुमे, आका ने फरमाया तेनू मुबारक होवे, जो इनका अदब करता है वो हरामी नहीं होता हलाली होता है। मेरा सलाम आपको बस इस निस्बत से, इस निस्बत से अल्लाह की कसम शादरी की सारी जमीन मेरे नाम कर दी जाए, तुम्हारे सैयद जी कदमों पे कुर्बान, इसलिए कि मुस्तफा वाले मुर्तजा वाले साते वारस ने करबला वाले सैयदा दा हया ओही करते ने जेड़े बंदे ने हया वाले, हया वाले बस शुक्रिया, इन्हां दा हया ही करदे ने जेड़े बंदे ने हया वाले। लेकिन पुत्रे भी गल याद रखे जे, जिथे गड्ढा फस जाए ना उत्थे किसी सैयद दे कदमी लग जाएगा। लो जी आइए, क्योंकि बात करते ही बढ़ जाएगी, मेरे सारे पढ़ने वाले बच्चे, मैं चाहता हूँ एक दो नाथ खानों को खैर नकाबत के दावत देता चलूँ, फिर इंशाल्लाह आखिरी दो मेहमानों से कबल रज के पढ़ागे। सदीक अकबर तेरिया वफावां सानू याद ने, किंज याद ने, किनू किनू याद ने, मैं तुहाडा इम्तिहान लग, और आखिर में वो कलाम पढ़ेंगे जिसको अली वली कहते हैं और हमारी जुबान में मौला अली कहते हैं। साबिया निगरानी गौसिया प्रोडक्शन का, गौसिया साउंड सिस्टम का बहुत शुक्रिया बेटा, मैंने तुम माइको दिता जो तार वाला है, और ना भी तार हो तार फिर भी जुड़ी हुई है, मैंने कभी किसी से कुछ नहीं कहा, कभी कभी ना 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 बस हूँ तो जुड़ गई, हूँ तो जुड़ गई, हूँ तो भवन तू बंद भी कर दे तो फिर भी जुड़ी हुई। हाँ इधर आले रसूल बैठे हैं, इश्तहार है, बिच मैं उस नाथा नू दावत देन लगा,
यकीन करो अज तो नहीं ऐशा जी बड़ा बड़ा तेरी ना तलक है इन्हें नहीं हो गया बेटा लतीफा वाली तारा वाली माइक नजर आने मेहरबानी फरमाया करो असा अच्छा क्या नहीं ना फलाना बहुत अच्छा चला रहे बहुत शुक्रिया जी अल्लाह आपको सलामती वाली खुली ये मेरी आदत है आंखों आंखों में इशारे हो गए तुम हमारे हम तुम्हारे हो गए बस इन्नी का गल है बेटा हाँ बहुत बहुत शुक्रिया मेहरबानी फरमाया जी आइए प्यार व सलाम का वो खूबसूरत नाम आपकी सलातों के हवाले कर रहा हूँ शहबाज करे परवाज और देखूंगा अब कितनी करता है ये परवाज मोहम्मद शहबाज समी साहब से गुजारिश है जी मेरी यार अच्छा मैं मोहम्मद शहबाज समी साहब तशरीफ लाएंगे और मुझे बहुत ही जरूरी काम है मेरे